ਵੋਟਾਂ ਲੈਣ ਆ ਜੇ, ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ, ਰੋੜੇ ਮਾਰ ਮਾਰ ਕੇ ਭਜਾਉਣਾ ਐਤਕਾ, ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ। ਤੇ ਲੀਡਰ ਗੱਲਾਂ ਚੰਦ ਤੇ ਜਾਣ ਦੀਆਂ ਕਰਦੇ ਨੇ, ਵਿਕਾਸ ਦੀਆਂ ਕਰਦੇ ਨੇ, ਲੋਕਾਂ ਨੂੰ ਸਹੂਲਤਾਂ ਦੇਣ ਦੀਆਂ ਕਰਦੇ ਨੇ, ਪਰ ਬਣ ਸੀਵਰੇਜ ਤੱਕ ਵੀ ਨਹੀਂ ਰਹੇ। ਥਾਈਂ ਥਾਈਂ ਗਲੀਆਂ 'ਚ ਪਾਣੀ ਇੰਝ ਫਿਰਦਾ ਜਿਵੇਂ ਲੋਕਾਂ ਨੇ ਘਰ ਹੀ ਸੀਵਰੇਜ ਦੇ ਅੰਦਰ ਪਾਏ ਹੋਣ, ਜਿਸ ਕਾਰਨ ਬਿਮਾਰੀਆਂ ਦਾ ਖਤਰਾ ਤਾਂ ਹੈ ਹੀ, ਨਾਲ ਹੀ ਲੋਕਾਂ ਦਾ ਕਿਧਰੇ ਆਉਣਾ ਜਾਣਾ ਤੱਕ ਵੀ ਮੁਸ਼ਕਿਲ ਹੋ ਰਿਹਾ। ਤੇ ਗੁਰਦਾਸਪੁਰ ਦੇ ਪਿੰਡ ਘੁਮਾਣ ਚ ਪੈਂਦੇ ਦਸ਼ਮੇਸ਼ ਨਗਰ ਦੀਆਂ ਇਹ ਤਸਵੀਰਾਂ ਤਮਾਮ ਸਿਆਸੀ ਪਾਰਟੀਆਂ, ਸਰਕਾਰਾਂ ਅਤੇ ਲੀਡਰਾਂ ਦੀ ਪੋਲ ਖੋਲਣ ਲਈ ਕਾਫੀ ਨੇ, ਕਿਉਂਕਿ ਘਰਾਂ ਦੇ ਬਾਹਰ ਖੜਾ ਹੈ ਪਾਣੀ ਲੋਕਾਂ ਲਈ ਮੁਸ਼ਕਿਲ ਬਣਿਆ ਹੋਇਆ ਹੈ। ਕਿਧਰੇ ਆਉਣਾ ਜਾਣਾ ਹੋਵੇ ਤਾਂ ਜੁੱਤੀ ਲਾ ਕੇ ਮੋਢੇ ਤੇ ਟੰਗਣੀ ਪੈਂਦੀ ਹੈ। ਮੁਹੱਲਾ ਵਾਸੀ ਨਾ ਅੰਦਰ ਆ ਸਕਦੇ ਨੇ ਅਤੇ ਨਾ ਹੀ ਬਾਹਰ ਜਾ ਸਕਦੇ ਨੇ। ਰਿਸ਼ਤੇਦਾਰ ਸਕੇ ਸੰਬੰਧੀ ਦੇ ਆਉਣ ਦੀ ਗੱਲ ਤਾਂ ਛੱਡ ਹੀ ਦਿਓ। ਗੁਰਮੇਸ਼ ਸਿੰਘ, ਹਾਂਜੀ, ਕੀ ਕਹਿਣਾ ਚਾਹੁੰਦੇ ਆ? ਕਹਿਣਾ ਚਾਹੁੰਦਾ, ਪਾਣੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ, ਨਾ ਕੋਈ ਸਰਪੰਚ ਸੁਣਦਾ, ਨਾ ਕੋਈ ਮੰਤਰੀ ਸੁਣਦਾ, ਨਾ ਕੋਈ MLA ਸੁਣਦਾ, ਅਤੇ ਨਾ ਕੋਈ ਸੈਟਰੀ ਸੁਣਦਾ। ਸੈਟਰੀ ਨੂੰ ਸਵੇਰੇ ਫੋਨ ਲਾਇਆ, LMA ਕੋਲ ਗਏ, ਸੈਟਰੀ ਨੇ ਫੋਨ ਕਰਤਾ ਵਾ, ਔਰ ਸੀਵਰ ਵਾਲੇ ਵੀ ਨਹੀਂ ਇੱਥੇ ਪਹੁੰਚਦੇ ਕੋਈ ਵੀ, ਅਤੇ ਬੱਚੇ ਪਾਣੀ ਉੱਦਾਂ ਚੋ ਚੋ ਕੇ ਪੀ ਜਾਂਦੇ, ਡੇਂਗੂ ਬੁਖਾਰ ਹੋ ਜਾਣਾ, ਬਿਮਾਰ ਹੋਏ, ਸਕੂਲ ਜਾਣ ਖਾਣੋਂ ਤੰਗ ਹੋਏ ਆ ਸਾਰੇ, ਅਤੇ ਇਸ ਕਰਕੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ, ਜੇ ਕੋਈ ਪਾਣੀ ਦਾ ਨਿਕਾਸ ਨਾ ਕਰੂਗਾ ਅਸੀਂ ਧਰਨਾ ਵੀ ਲਾਵਾਂਗੇ ਸਿਰੇ ਚੌਂਕ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾ ਹੀ ਕਿਸੇ ਸਰਪੰਚ ਨੇ ਸੁਣੀ ਅਤੇ ਨਾ ਹੀ ਲੀਡਰ ਨੇ। ਅਜਿਹੇ 'ਚ ਹੁਣ ਘਰਾਂ ਦੀਆਂ ਗ੍ਰਹਿਣੀਆਂ ਨੇ ਲੀਡਰਾਂ ਨੂੰ ਸਾਫ਼ ਚੇਤਾਵਨੀ ਦਿੱਤੀ ਹੈ ਕਿ ਮੁਹੱਲੇ 'ਚ ਵੋਟਾਂ ਲੈਣ ਆਏ ਲੀਡਰਾਂ ਨੂੰ ਰੋੜੇ ਮਾਰ ਮਾਰ ਕੇ ਭਜਾਉਣਗੇ, ਕਿਉਂਕਿ ਇਸੇ ਪਾਣੀ ਕਰਕੇ ਉਹਨਾਂ ਦੇ ਘਰਾਂ 'ਤੇ ਆਂਢਣਾਂ ਗੁਆਂਢਣਾਂ ਨਾਲ ਰਿਸ਼ਤੇ ਤੱਕ ਖਰਾਬ ਹੋ ਰਹੇ ਨੇ। ਗੰਦੇ ਪਾਣੀ ਕਰਕੇ ਹਰ ਰੋਜ਼ ਮੁਹੱਲੇ 'ਚ ਬੀਬੀਆਂ ਦੀ ਲੜਾਈ ਹੁੰਦੀ ਹੈ, ਪਰ ਪ੍ਰਸ਼ਾਸਨ ਜਾਂ ਪੰਚਾਇਤ ਨੂੰ ਇਸ ਦਾ ਕੋਈ ਵੀ ਫਿਕਰ ਨਹੀਂ। ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕੀਤੀ ਜਾਂਦੀ ਆ ਕਿ ਘੁਮਾਣ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਭਰ ਭਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ। ਬੀਬੀਆਂ ਆਪਸ ਮੇਂ ਰੋਜ਼ ਹੀ ਲੜਦੀਆਂ ਆ, ਅਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕੁ ਵਾਰੀ ਸਾਫ਼ ਕਰਾਂਗੇ। ਅਤੇ ਬੇਨਤੀ ਕੀਤੀ ਜਾਂਗੀ ਕਿ ਕੋਈ ਵੀ ਵੋਟਾਂ ਲੈਣ ਆ ਜੇ, ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ, ਰੋੜੇ ਮਾਰ ਮਾਰ ਕੇ ਭਜਾਉਣਾ ਐਤਕਾ, ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ, ਕੋਈ ਵੱਡਾ ਵੀ ਆ ਜੇ ਇਹਦੇ ਤੋਂ ਉਹਨੂੰ ਨਹੀਂ ਅਸੀਂ ਵੋਟ ਪਾਉਣੀ, ਕਿਉਂਕਿ ਸਾਡੀ ਹਾਲਤ ਬਹੁਤ, ਸਾਡੇ ਬੱਚਿਆਂ ਦੀ ਸਾਡੀ ਵੀ ਮਾੜੀ ਹੋ ਚੁੱਕੀ ਆ। ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਹ ਪਾਣੀ ਦਾ ਨਿਕਾਸ ਕੀਤਾ ਜਾਵੇ, ਸਾਨੂੰ ਹੋਰ ਕੁਛ ਨਹੀਂ ਚਾਹੀਦਾ, ਅਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ, ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇੱਥੋਂ ਕੱਢਿਆ ਜਾਵੇ, ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ। ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਆ, ਅਤੇ ਰੋਜ਼ ਫਸੋ ਫਸਾਈ ਹੁੰਦੀ ਆ। ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਇਹ ਪਾਣੀ ਦਾ ਨਿਕਾਸ ਨਾ ਹੋਇਆ, ਇਹ ਬੱਸ ਅੱਡੇ ਅਸੀਂ ਧਰਨਾ ਲਾਵਾਂਗੇ, ਸੀਵਰੇਜ ਬੋਰਡ ਪਰ ਬੋਰਡ ਦੇ ਵਿਰੁੱਧ ਅਸੀਂ ਧਰਨਾ ਲਾਵਾਂਗੇ। ਇਸ ਕਰਕੇ ਇਹ ਸਾਡੀ ਬੇਨਤੀ ਆ ਕਿ ਇਹ ਕੋਈ ਮਸਲਾ ਹੱਲ ਕੀਤਾ ਜਾਵੇ। ਤਾਂ ਹੁਣ ਇਹ ਸਿਰਫ ਗੰਦਾ ਪਾਣੀ ਨਾ ਹੋ ਕੇ ਵੋਟਾਂ ਦਾ ਉਹ ਰਸਤਾ ਬਣ ਗਿਆ ਜਿਸ ਨੂੰ ਜਿਹੜਾ ਸਾਫ਼ ਕਰੇਗਾ ਉਹ ਮੁਹੱਲਾ ਵਾਸੀਆਂ ਦੀਆਂ ਵੋਟਾਂ ਲੈ ਜਾਵੇਗਾ, ਪਰ ਸਾਫ਼ ਵੀ ਉਦੋਂ ਹੀ ਕਰ ਸਕੇਗਾ ਜੇਕਰ ਉਹ ਲੀਡਰ ਜਾਂ ਉਮੀਦਵਾਰ ਇਹਨਾਂ ਅੱਕੇ ਹੋਏ ਲੋਕਾਂ ਦੇ ਰੋੜਿਆਂ ਤੋਂ ਬਚ ਜਾਵੇਗਾ। ਪਰ ਕਹਿੰਦੇ ਨੇ ਕਿ ਸਿਆਸਤ 'ਚ ਕੁਝ ਵੀ ਹੋ ਸਕਦਾ, ਜੇ 2-4 ਰੋੜੇ ਖਾ ਕੇ 200-400 ਵੋਟਾਂ ਮਿਲਦੀਆਂ ਹੋਣ ਤਾਂ ਸੌਦਾ ਕੋਈ ਮਾੜਾ ਨਹੀਂ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਸੈਂਟਰਲ ਪੰਜਾਬ TV।